ਜੀ ਬਣ ਗਿਆ ਹੁਣ ਰਾਜਾ ਜਿੰਨੀ ਚਿੱਲਰ ਦੀ ਇੰਡੀਆ ਦੇ 36 ਰੁਪਏ ਦੇ ਕੇ ਰਾਜਾ ਬਣ ਰਿਹਾ ਦੇਖ ਲਓ ਲਓ ਜੀ ਲੱਗਦਾ ਆ ਗਿਆ ਮੀਂਹ ਹਾਂਜੀ ਚੜੇ ਸ਼ੇਰ ਤੇ ਸ਼ੇਰ ਤੇ ਚੜਿਆ ਨਾ ਦੇਖ ਲੈਣਾ ਲੰਡਨ ਆਈ ਚੱਲ ਯਾਰ ਭਰਾ ਚੱਲ ਚੱਲ ਲੰਡਨ ਆਈ ਕਿੱਧਰ ਆ ਉਧਰ ਜਾਣਾ ਆਪਾਂ ਨਹੀਂ ਲਾ ਲਾ ਯਾਰ ਹਾਲੇ ਫੜ ਗੂਗਲ ਚ ਲਾ ਲਾ ਥੈਂਕ ਯੂ ਚਲੋ ਵਧੀਆ ਲੱਗ ਗਿਆ ਪਤਾ ਕਿਹਨੂੰ ਜਾਣਾ ਪਰ ਫੇਰ ਵੀ ਗੂਗਲ ਚ ਪਾ ਲਾ ਯਾਰ ਆਪਾਂ ਕਿਉਂ ਕਿਸੇ ਨੂੰ ਕ੍ਰੋਸ ਕਰਦੇ ਲੰਡਨ ਆਈ ਆ ਜਾਣਾ ਅੱਛਾ ਹਾਂ ਬਟਨ ਪ੍ਰੈਸ ਕਰ ਦੋ ਤੇ ਗੱਡੀਆਂ ਰੁਕਣਗੀਆਂ ਤਾਂ ਤੁਸੀਂ ਜਾ ਸਕਦੇ ਆ ਪਰ ਉਧਰ ਜਿੱਦਾਂ ਸਾਊਥ ਹਾਲ ਵਾਲੀ ਸਾਈਡ ਜੇ ਕੋਈ ਉਦਾਂ ਵੀ ਮਤਲਬ ਰਾਹ 'ਚ ਕੋਈ ਕ੍ਰੋਸ ਕਰਦਾ ਨਾ ਤਾਂ ਗੱਡੀਆਂ ਵਾਲੇ ਆਪ ਰੋਕ ਕੇ ਉਹਨੂੰ ਕਹਿੰਦੇ ਕਿ ਆ ਬਾਈ ਲੰਘ ਜਾ ਠੀਕ ਹੈ ਤੇ ਕਾਨੂੰਨ ਦੇ ਲੋਕ ਪੱਕੇ ਆ ਕਾਨੂੰਨ ਨਹੀਂ ਤੋੜਦੇ ਇਹ ਚੀਜ਼ ਵਧੀਆ ਲਓ ਜੀ ਦੇਖੋ ਮੈਨੂੰ ਪਾਣੀ ਤਾਂ ਦੇ ਮੇਰੇ ਬੋਤਲ ਹੋਈ ਰਹੀ ਚੱਕੀ ਭਾਈ ਦੇ ਕੋਈ ਦੇ ਦੇ ਆ ਇੱਧਰ ਆ ਜਾ ਜਲਦੀ ਆ ਇੱਧਰ ਲੋਈ ਖਾਂ ਮਾਮਾ ਸਟਾਪ ਆ ਨਹੀਂ ਗ੍ਰੀਨ ਸੀਗਾ ਮੈਂ ਦੇਖਿਆ ਨਹੀਂ ਬਸ ਉਹ ਰੈਡ ਰੈਡ ਲਾਈਟ ਸੀ ਬਾਬੇ ਰੈਡ ਲਾਈਟ 'ਚ ਹੀ ਆ ਗਿਆ ਕੋਈ ਗੱਲ ਨਹੀਂ ਨਹੀਂ ਯਾਰ ਸਕੂਲ ਨਾ ਤੋੜੋ ਉਸਤਾਦ ਜੇ ਕਿਸੇ ਨੇ ਗੱਡੀ ਵਿੱਚ ਮਾਰਤੀ ਨਾ ਆਪਾਂ ਕੈਮਰਿਆਂ 'ਚ ਆ ਆਪਾਂ ਹੈਗੇ ਵੀ ਕੈਮਰਿਆਂ 'ਚ ਆ ਲਓ ਜੀ ਦੇਖੋ ਥੇਮਸ ਨਦੀ ਆਊਗੀ ਅੱਗੇ ਆ ਕੇ ਉਹਨੂੰ ਕ੍ਰੋਸ ਕਰਨਾ ਫਿਰ ਲੰਡਨ ਆਈ ਸਹੀ ਆ ਤੇਰਾ ਫੋਨ ਮੇਰੇ ਕੋਲ ਹੈ ਮੇਰਾ ਸਾਰੀ ਜੱਬਾ ਭਰ ਗਈ ਆ ਯਾਰ ਰੋਂਦਾ ਕਹਤੇ ਆ ਫਿਰ ਕੱਲ ਨੂੰ ਜਾਣਾ ਸਕਾਟਲੈਂਡ ਜਾਣਾ ਬਿਲਕੁਲ ਜਾਣਾ ਬੁੱਕ ਕਰ ਲਾ ਰਾਤ ਨੂੰ ਉਹਨੂੰ ਨਾ ਸੁਪਰ ਜੀ ਨੇ ਕਿਹਾ ਪਰ ਤੂੰ ਨਾ ਪਿੱਛੇ ਨਾ ਭਾਈ ਸੁਪਰ ਜੀ ਨੇ ਕਿਹਾ ਉਹ ਪੀੜ ਜਿੱਥੇ ਹੈ ਜ਼ਿਆਦਾ ਰਸ਼ ਹੋਵੇ ਅੱਛਾ ਹੁਣ ਇੱਥੇ ਥੋੜਾ ਕੀ ਮੈਂ ਵੀ ਪਿੱਛੇ ਪਾਇਆ ਬਸ ਇੱਦਾਂ ਤਾਂ ਕੱਲ੍ਹ ਜਿੱਥੇ ਇਹਦੇ ਅਰਦਾਸ ਗੁਰਦੁਆਰੇ ਉਤਰਿਆ ਇਹ ਜਿੱਥੇ ਅਰਦਾਸ ਗੁਰਦੁਆਰੇ ਮੋਹਰੇ ਉਤਰਿਆ ਨਹੀਂ ਇਹ ਅਰੁਣ ਹਾਂ ਰਾਤੀ ਉੱਥੇ ਮੁੰਡੇ ਨੇ ਕਿਸੇ ਦੇ ਚੇਨੀ ਖੋਲ ਲਈ ਨਾਲੇ ਉਹਦੇ ਪੈਸੇ ਪੂਏ ਕੱਢ ਲੈ ਚਾਰ ਬਸ ਤੂੰ ਬਚਾ ਕੇ ਰੱਖ ਤੇ ਆਪਣੀ ਏਰੀਆ ਠੀਕ ਨਹੀਂ ਹੈ ਸਾਊਥ ਵੱਲ ਦਾ ਹਾਂ ਜੱਗੇ ਦੇ ਠੇਕੇ ਨਹੀਂ ਯਾਰ ਜਿਹੜੇ ਕਾਲੇ ਪੰਜਾਬੀ ਕੁਛ ਨਹੀਂ ਕਰਦੇ ਜਿਹੜੇ ਕਾਲੇ ਕੁਲੇ ਆ ਨਾ ਕਿਆ ਹੋਇਆ ਪਤਾ ਕੀ ਹੋ ਗਿਆ ਕੁਛ ਨਹੀਂ ਹੁੰਦਾ ਇੱਕ ਇਹਨੂੰ ਬੈਟਰੀ ਟੈਨਸ਼ਨ ਪੈ ਜਾਂਦੀ ਹੈ ਓਹੋ ਮੈਨੂੰ ਕੰਗੇ ਲੱਗ ਗਏ ਉਲਟਾ ਸਜ਼ਾ ਮਿਲੂਗੀ ਤੈਨੂੰ ਚਿੱਲਰ ਨੀ ਚੱਲਦੀ ਉੱਥੇ ਪੌਂਡ ਹਾਲੇ ਚੱਲ ਜਾਂਦਾ ਇਹ ਇੰਡੀਆ ਤੋਂ ਖਜ਼ਾਨਾ ਲੈ ਕੇ ਆਇਆ ਕਿੰਨੇ ਟੂ ਪੈਂਸ ਟੂ ਪੈਂਸ ਦੋ ਪੈਂਸ ਆ ਕਿੰਨੇ ਆ ਲੰਡਨ ਨਾ ਇਹ ਮੈਂ ਅੱਗੇ ਵੀ ਇੱਕ ਵਾਰੀ
ਗੱਡੀ 'ਚ ਆਇਆ ਸੀ ਬਟ ਸੱਚੀ ਜੋਸ ਵਾਲਾ ਤੁਰ ਕੇ ਮਜ਼ਾ ਆਇਆ ਇੱਥੇ ਘੁੰਮਣ ਦਾ ਉਹ ਗੱਡੀ 'ਚ ਨਹੀਂ ਹੈਗਾ ਗੱਡੀ ਤੁਸੀਂ ਬਾਹਰੋਂ ਬਾਹਰੋਂ ਦੇਖ ਕੇ ਇੱਦਾਂ ਹੀ ਮੁੜ ਜਾਂਦੇ ਹਾਂ ਹੈ ਨਾ ਇਹ ਪਾਰਲੀਮੈਂਟ ਤਾਂ ਨਹੀਂ ਹੋਣੀ ਭਾਅ ਜੀ ਇਹ ਓਏ ਉਹ ਸੱਚੀ ਦਾ ਆਇਆ ਬੰਦਾ ਖੜਾ ਘੋੜੇ 'ਤੇ ਬੈਠਾ ਕਿਆ ਬਾਤ ਹੈ ਯਾਰ ਆਪਾਂ ਫਿਲਮਾਂ 'ਚ ਦੇਖੀ ਦਾ ਸੀ ਆਹ ਚੀਜ਼ ਉਹ ਦੇਖੇ ਜਿੱਦਾਂ ਘੋੜੇ 'ਤੇ ਬੈਠਾ ਬੰਦਾ ਭਾਅ ਜੀ ਪਤਾ ਨਹੀਂ ਕੋਈ ਮਿਊਜ਼ੀਅਮ ਆ ਸਾਰੀਆਂ ਗੱਲਾਂ ਦੱਸੂਗਾ ਮੈਂ ਹਰੇਕ ਕੰਮ ਲਈ ਕੋਈ ਨਾ ਕੋਈ ਗੁਰੂ ਧਾਰਨਾ ਪੈਂਦਾ ਹੋਊਗਾ ਜਿੱਦਾਂ ਮਤਲਬ ਬਹੁਤ ਘੱਟ ਹੋਊਗੇ ਪਰ ਘੋੜੇ ਦੀ ਨਸਲ ਦੇਖ ਯਾਰ ਘੋੜਾ ਘੋੜੇ ਦਾ ਨਸਲ ਕੱਦ ਘਾਟ ਦੇ ਘੋੜੇ ਦਾ ਤੇ ਇਹ ਪਤਾ ਨਹੀਂ ਜੀ ਅਸੀਂ ਕਿੱਥੇ ਪਹੁੰਚ ਗਏ ਹਾਂ ਵਾਈਟ ਕਿੱਕ ਔਰ ਵਾਈਟ ਥੈਂਕ ਯੂ ਮਿਊਜ਼ੀਅਮ ਆ ਇਹ ਦੇਖਣਾ ਅੰਦਰੋਂ ਵੂਮਨ ਆਫ ਵਰਲਡ ਵਾਰ 2 ਇਹਨਾਂ ਦਾ ਆਪਣੇ ਲੋਕਾਂ ਨੂੰ ਯਾਦ ਕਰਨ ਦਾ ਢੰਗ ਵੈਸੇ ਇਹ ਕੋਈ ਵੀ ਕੋਈ ਯਾਦਗਾਰ ਬਣਾਈ ਹੋਈ ਆ ਦੇਖੋ ਜਿੱਦਾਂ ਬਿਲਕੁਲ ਰੋਡ ਦੇ ਗੱਬੇ ਬਣਾ ਕੇ ਆਹ ਫਲਾਵਰ ਰੱਖੇ ਹੋਏ ਆ ਹੈ ਨਾ ਅਤੇ ਮੈਨੂੰ ਕੱਲ੍ਹ ਅੰਕਲ ਜੀ ਦਿਖਾਉਂਦੇ ਸੀਗੇ ਫੁੱਫੜ ਜੀ ਇੱਕ ਜਗ੍ਹਾ ਕਿਸੇ ਨੇ ਗੱਡੀ ਦੇ ਨਾਲ ਸਟੂਡੈਂਟ 6-7 ਗੱਡੀ ਚੜ੍ਹਾਤੀ ਸੀ ਉਹਨਾਂ ਦੇ ਉੱਪਰ ਅਤੇ 10-12 ਸਾਲ ਦੀ ਪਹਿਲਾਂ ਦੀ ਗੱਲ ਆ ਤਾਂ ਅੱਜ ਵੀ ਉਸ ਜਗ੍ਹਾ 'ਤੇ ਉਹ ਫੁੱਲ ਢਾਂਜਾ ਲੋਕ ਫੁੱਲ ਚੜਾਉਂਦੇ ਆ ਮਤਲਬ ਉਹਨਾਂ ਨੂੰ ਯਾਦ ਕਰਨ ਲਈ ਉਹਨੂੰ ਸ਼ਰਧਾਂਜਲੀ ਦੇਣ ਲਈ ਤੁਸੀਂ ਦੇਖ ਲਓ ਵੀ ਲੋਕ ਇੱਦਾਂ ਯਾਦ ਰੱਖਦੇ ਆ ਹੈ ਨਾ ਆਪਣੇ ਇੰਡੀਆ 'ਚ ਆਪਾਂ ਕਿੰਨਾ ਕੁ ਜੇ ਕੋਈ ਡੈਥ ਹੋ ਜਾਵੇ ਮਤਲਬ ਆਪਣੇ ਜਿੱਦਾਂ ਹੁਣ ਕਿਸੇ ਦੀ ਵੀ ਡੈਥ ਹੋ ਜਾਂਦੀ ਆਪਾਂ ਕਿੰਨਾ ਕੁ ਯਾਦ ਰੱਖਦੇ ਹਾਂ ਆਪਾਂ ਬਹੁਤ ਛੇਤੀ ਭੁੱਲ ਜਾਂਦੇ ਹਾਂ ਪਰ ਗੋਰਿਆਂ ਦੀ ਇਹ ਚੀਜ਼ ਇਹ ਵੀ ਖਾਸੀਅਤ ਆ ਕਿ ਜੇ ਇਹਨਾਂ ਦੇ ਕਿਤੇ ਇਹ ਨਾਲ ਵੀ ਮਤਲਬ ਇਹਨਾਂ ਦਾ ਕੋਈ ਜਵਾਕ ਵੀ ਨਹੀਂ ਹੈਗਾ ਇਹਨਾਂ ਦੀ ਕੰਟਰੀ ਦਾ ਕੋਈ ਹੋਵੇ ਨਾ ਉਹਦੇ ਲਈ ਵੀ ਜੇ ਕੋਈ ਹੋ ਜਾਵੇ ਜੇ ਸੈਪਨ ਕਿਸੇ ਨਾਲ ਹੋ ਜਾਵੇ ਉਹਨੂੰ ਵੀ ਸ਼ਰਧਾਂਜਲੀ ਦੇਣ ਵਜੋਂ ਇਹ ਫੁੱਲ ਰੱਖ ਕੇ ਫੁੱਲ ਰੱਖਦੇ ਆ ਉੱਥੇ ਜਾ ਕੇ ਇਹ ਚੀਜ਼ ਇਹਨਾਂ ਦੀ ਬਹੁਤ ਵਧੀਆ ਆ
बाबे ओए ते लोकेशन लाई आ यार तू तोड़ तोड़ के ना बुरा हाल कर देना मैं की तोड़ना मैं क्या बस अबे बस कोने फट दे पे यार चली जा रहे मैं की करा तू ओदे बस जा रही बस फट सकते हैं अपन ये देखो भी बंदा बसों उतरया तो मैं लगता प्रॉपर ब्लाइंड यार देखो हां देखो भी देखो सूट बूट पाया बैग पाया ब्लाइंड बंदा भी इतने सरवाइव करता फिर ये भी देख लो प्रदर्शन करते पे लगता कोई ਇੰਗਲੈਂਡ ਦੀ ਹੋਣੀ ਹੈ ਬਾਹਰੋਂ ਪਤਾ ਨਹੀਂ ਕਿੱਥੇ ਤੋਂ ਪਾਣ ਪਾਣ ਦੀ ਲੱਕੜ ਆਈ ਹੋਈ ਆ ਲੰਡਨ ਆਈ ਬਣ ਗਿਆ ਹੁਣ ਰਾਜਾ ਜਿੰਨੀ ਚਿੱਲਰ ਦੀ ਇੰਡੀਆ ਦੇ 36 ਰੁਪਏ ਦੇ ਕੇ ਹਜਾ ਬਣ ਰਿਹਾ ਦੇਖ ਲਓ